ਜੇਲ੍ਹ ਦੇ ਵਿੱਚ ਬੰਦ ਇੱਕ ਸ਼ਖਸ ਦੇ ਵੱਲੋਂ MLA ਦਾ PA ਬਣ ਕੇ ਕਿਸੇ ਨੂੰ ਫੋਨ ਕੀਤਾ ਤੇ ਫੋਨ ਤੇ ਪੈਸਿਆਂ ਦੀ ਮੰਗ ਕੀਤੀ। ਹੁਸ਼ਿਆਰਪੁਰ ਦੀ ਜੇਲ੍ਹ ਦੇ ਵਿੱਚ ਇਹ ਸ਼ਖਸ ਬੰਦ ਹੈ ਅਮਲੋਹ ਦੇ MLA ਦੇ PA ਦੇ ਨਾਮ ਤੋਂ। ਇਸ ਸ਼ਖਸ ਦੇ ਵੱਲੋਂ ਕਿਸੇ ਨੂੰ ਫੋਨ ਕਰਕੇ ਪੈਸੇ ਮੰਗੇ ਗਏ, ਜਿਸ ਤੋਂ ਬਾਅਦ PA ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ। ਦੱਸਣ ਮੁਤਾਬਿਕ ਇਸ ਤੇ ਪਹਿਲਾਂ ਵੀ ਇਹੀ ਮਾਮਲੇ ਦਰਜ ਨੇ। ਜੇਲ੍ਹ ਦੇ ਵਿੱਚ ਲਗਾਤਾਰ ਫੋਨਾਂ ਦਾ ਸਿਲਸਿਲਾ ਜਾਰੀ ਹੈ। ਮਾਮਲਾ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਬੰਦ ਵਿਅਕਤੀ ਦੀ ID ਤੇ ਹਲਕਾ ਅਮਲੋਹ ਦੇ MLA ਦਾ PA ਕਹਿ ਕੇ ਪੈਸੇ ਮੰਗਵਾਉਣ ਦਾ ਮਾਮਲਾ ਸਾਹਮਣੇ ਆਇਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੰਡੀ ਗੋਬਿੰਦਗੜ੍ਹ ਦੇ SHO ਨੇ ਦੱਸਿਆ ਕਿ ਉਹਨਾਂ ਨੂੰ ਵਿਧਾਇਕ ਦੇ PA ਦਵਿੰਦਰ ਕੁਮਾਰ ਨੇ ਸ਼ਿਕਾਇਤ ਕਰਕੇ ਦੱਸਿਆ ਸੀ ਕਿ ਕੋਈ ਵਿਅਕਤੀ ਉਸਦਾ ਨਾਮ ਲੈ ਕੇ ਫੋਨ ਤੇ ਕਿਸੇ ਤੋਂ ਪੈਸੇ ਮੰਗ ਰਿਹਾ, ਜਿਸ ਤੋਂ ਬਾਅਦ ਉਹਨਾਂ ਨੇ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਜੋ ਵਿਅਕਤੀ ਪੈਸੇ ਮੰਗ ਰਿਹਾ ਉਸਦੀ ਪਹਿਚਾਣ ਬਲਿੰਦਰਪਾਲ ਸਿੰਘ ਉਰਫ ਭੁਲਿੰਦਰ ਜਸਰਾਜ ਦੇ ਨਾਮ ਵਜੋਂ ਹੋਈ, ਜੋ ਪਹਿਲਾਂ ਹੀ ਹੁਸ਼ਿਆਰਪੁਰ ਦੀ ਜੇਲ੍ਹ ਦੇ ਵਿੱਚ ਬੰਦ ਹੈ। SHO ਨੇ ਦੱਸਿਆ ਕਿ ਇਸ ਵਿਅਕਤੀ ਤੇ ਪਹਿਲਾਂ ਵੀ ਪੰਜਾਬ ਦੇ ਹੋਰ MLAs ਦਾ ਨਾਮ ਲੈ ਕੇ ਪੈਸੇ ਮੰਗੇ ਗਏ, ਜਿਨ੍ਹਾਂ ਦੇ ਮਾਮਲੇ ਦਰਜ ਹਨ ਅਤੇ ਉਹਨਾਂ ਦੇ ਵੱਲੋਂ ਪ੍ਰੋਡਕਸ਼ਨ ਵਾਰੰਟ ਤੇ ਭੁਲਿੰਦਰ ਜਸਰਾਜ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਕੱਲ ਅਸੀਂ ਕੈਫੇ ਨੰਬਰ 125 ਰਜਿਸਟਰ ਕੀਤੀ ਥਾਣਾ ਮੰਡੀ ਗੋਬਿੰਦਗੜ੍ਹ ਦੇ ਵਿੱਚ, ਜੋ ਕਿ ਜਿਹੜੇ ਭਾਰਤ ਸਰਕਾਰ ਵੱਲੋਂ ਨਵੇਂ ਕਾਨੂੰਨ ਆਏ BNS ਭਾਰਤੀ ਨਿਆਂ ਸੰਹਿਤਾ ਤਹਿਤ ਅਧੀਨ ਧਾਰਾ 318 ਜੀਵਨ 4 ਅਤੇ 319 ਜੀਵਨ 2, ਜੋ ਕਿ ਪੁਰਾਣੀ IPC ਮੁਤਾਬਿਕ 419 ਅਤੇ 420 ਬਣਦੇ, ਉਹਦੇ ਵਿੱਚ ਦਰਜ ਕੀਤੇ। ਇਹਦੇ 'ਚ MLA ਸਾਹਿਬ ਦੇ ਜਿਹੜੇ PA ਸਾਹਿਬ ਨੇ ਦਵਿੰਦਰ ਕੁਮਾਰ ਜੀ, ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਵੀ ਉਹਨਾਂ ਦੇ ਇੱਕ ਜਾਣਕਾਰ ਨੇ ਅਮਿਤ ਸੈਣੀ, ਉਹਨਾਂ ਨੇ ਉਹਨਾਂ ਨੂੰ ਫੋਨ ਕਰਕੇ ਦੱਸਿਆ ਵੀ MLA ਗੈਰੀ ਬਿੰਗ ਦੇ PA ਸਾਹਿਬ ਦੇ ਨਾਮ 'ਤੇ ਕੋਈ ਉਹਨਾਂ ਨੂੰ ਫੋਨ ਆਇਆ ਸੀ, ਜਿਨ੍ਹਾਂ ਨੇ ਉਹਨੂੰ ਕਿਹਾ ਵੀ ਮੈਂ ਉਹਨਾਂ ਦਾ PA ਬੋਲਦਾ ਅਤੇ ਆਹ ਕੋਈ ID ਹੈ ਜਿਹਨੂੰ ਜੇਲ੍ਹ ਦੀ ਇੱਕ ID ਬਣਦੀ, ਜਦੋਂ ਬੰਦਾ ਜੇਲ੍ਹ 'ਚ ਜਾਂਦਾ ਉਹਦੀ ਪ੍ਰਿਜ਼ਨ ID ਬਣਦੀ ਹੈ, ਵੀ ਇਹਦੇ 'ਚ ਪੈਸੇ ਪਵਾ ਦਿਉ ਅਤੇ ਤੁਹਾਨੂੰ 2-3 ਦਿਨ 'ਚ ਪੈਸੇ ਦੇਵਾਂਗੇ, ਜੋ ਕਿ ਇੱਕ ਜਾਲੀ ਕਾਲ ਸੀਗੀ। ਜਿਸ ਤੋਂ ਬਾਅਦ ਅਸੀਂ ਪੜਤਾਲ ਕੀਤੀ ਅਤੇ ਪਾਇਆ ਵੀ ਜਿਹੜਾ ਇਹ ਫੋਨ ਕਾਲ ਹੈ ਇਹ ਬਲਜਿੰਦਰਪਾਲ ਸਿੰਘ ਹੈ, ਜੋ ਕਿ ਇਸ ਵਕਤ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਬੰਦ ਹੈ, ਉਹਦੇ ਵੱਲੋਂ ਕੀਤੀ ਗਈ ਸੀ। ਅਸੀਂ ਇਹਦੀ ਬੈਕਵਰਡ ਗਏ ਤਾਂ ਬਲਜਿੰਦਰਪਾਲ ਸਿੰਘ ਦੀ ਜਿਹੜੀ ਪੁਰਾਣੀ FIR ਦਰਜ ਹੋਈ ਆ ਮਲੋੜ ਜਲੰਧਰ ਅਤੇ ਪੰਚਕੂਲੇ, ਉਹਦੇ 'ਚ ਵੀ ਲਗਭਗ ਇਹੀ ਕੰਟੈਂਟ ਹੈ ਵੀ MLA ਕਿਸੇ ਵੀ MLA ਦੀ ਆਪਣੇ PA ਦੇ ਨਾਮ 'ਤੇ ਪੈਸੇ ਠੱਗਣ ਦੀ ਹੈ, ਅਤੇ ਹੁਣ ਇਹਦੀ ਪ੍ਰੋਡਕਸ਼ਨ ਵਾਰੰਟ ਅਪਲਾਈ ਕਰਕੇ ਇਹਨੂੰ ਅਸੀਂ ਲੈ ਕੇ ਆ ਕੇ ਅਰੈਸਟ ਪਾਵਾਂਗੇ ਅਤੇ ਹੋਰ ਤਫਤੀਸ਼ ਕਰਾਂਗੇ। ਉਹ ਹਲੇ ਪਾਰਟ ਆਫ ਇਨਵੈਸਟੀਗੇਸ਼ਨ ਹੈ, ਜਿਸ ਦਿਨ ਅਸੀਂ ਉਹਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਵਾਂਗੇ ਅਸੀਂ ਕਲੀਅਰ ਕਰ ਲੈਣਗੇ, ਕਿਉਂਕਿ ਜਿਹੜੀ ਇਹਨੇ ID ਦੱਸੀ ਉਹੀ ID ਇਹਦੀ, ਉਹ ID ਜਦੋਂ ਅਸੀਂ ਕਢਾਈ ਡਿਟੇਲ ਤਾਂ ਉਹ ਜੇਲ੍ਹ 'ਚ ਬੈਠੇ ਬਲਜਿੰਦਰਪਾਲ ਨੇ, ਕਿਉਂਕਿ ਜਿਹੜਾ ਇਸ ਟਾਈਮ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਹੀ ਹੈ।